ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਡੀ ਹੋਸਟ ਨੀਰਮਿਕਾ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਦਾ ਹਾਰਦਿਕ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚਾ ਸਾਚੇ ਵਿੱਚ ਰੋਜ਼ਾਨਾ ਦੀ ਤਰ੍ਹਾਂ ਤੁਹਾਡੇ ਤੇ ਸਾਡੇ ਹਰਮਨ ਪਿਆਰੇ ਡਾਕਟਰ ਅਮਨਜੀਤ ਸਿੰਘ ਜੀ ਸਾਡੇ ਨਾਲ ਬੈਠੇ ਹੋਏ ਨੇ ਆਓ ਨਾਲ ਮਿਲ ਕੇ ਪ੍ਰੋਗਰਾਮ ਸ਼ੁਰੂ ਕਰਦੇ ਹਾਂ ਡਾਕਟਰ ਸਾਹਿਬ ਵੈਲਕਮ ਟੂ आवर शो ਥੈਂਕ ਯੂ ਹਾਂ ਡਾਕਟਰ ਸਾਹਿਬ ਅੱਜ 17 ਸੈਪਟੈਂਬਰ 2013 280 ਨਾਨਕਸ਼ਾਹੀ ਸੰਮਤ 545 ਦਾ ਦਿਨ ਹੈ ਤੇ ਹੋਣਾ ਸੀ ਆਪਣੇ ਪ੍ਰੋਗਰਾਮ ਦੀ ਦੀ ਸ਼ੁਰੂਆਤ ਸਾਡੇ ਦਰਸ਼ਕਾਂ ਵੱਲੋਂ ਆਇਆ ਈਮੇਲਸ ਫੋਨ ਮੈਸੇजेस ਟੈਕਸਟ ਸਾਡੀ ਪਹਿਲੀ ਈਮੇਲ ਆਈ ਹੈ ਟੋਰਾਂਟੋ ਕੈਨੇਡਾ ਤੋਂ ਵੀਰ ਗੁਰਪਾਲ ਸਿੰਘ ਸੰਘੇੜਾ ਜੀ ਦੀ ਇਹਨਾਂ ਨੇ ਪ੍ਰੋਗਰਾਮ ਸੱਚਾ ਸੱਚੀ ਦੀ ਬਹੁਤ ਤਾਰੀਫ਼ ਕੀਤੀ ਹੈ ਅਤੇ ਇਸ ਨੂੰ ਇਤਿਹਾਸਿਕ ਅਤੇ ਭਵਿੱਖ ਦਾ ਰਾਹ ਦਸੇਰਾ ਦੱਸਿਆ ਹੈ ਇਹਨਾਂ ਨੇ ਆਪਣੀ ਈਮੇਲ ਦੇ ਨਾਲ ਪਿੰਗਲਵਾੜਾ ਅੰਮ੍ਰਿਤਸਰ ਦੇ ਬਾਨੀ ਭਗਤ ਪੂਰਨ ਸਿੰਘ ਵੱਲੋਂ ਭਾਰਤ ਦੇ ਰਾਸ਼ਟਰਪਤੀ ਜੈਲ ਸਿੰਘ ਨੂੰ ਸਤੰਬਰ 1984 ਵਿੱਚ ਲਿਖੇ ਉਸ ਪੱਤਰ ਦੀ ਕਾਪੀ ਭੇਜੀ ਹੈ ਜਿਸ ਵਿੱਚ ਉਹਨਾਂ ਨੇ ਭਾਰਤੀ ਫੌਜ ਵੱਲੋਂ ਜੂਨ 84 ਦੇ ਕੱਲੂਗਾਰੇ ਦੌਰਾਨ ਫੌਜਵਾਂ ਨੂੰ ਕੀਤੇ ਜ਼ੁਲਮਾਂ ਦਾ ਵੇਰਵਾ ਦਿੰਦਿਆਂ ਸਰਕਾਰ ਵੱਲੋਂ ਦਿੱਤਾ ਗਿਆ ਪਦਮਸ਼੍ਰੀ ਅਵਾਰਡ ਵਾਪਸ ਕਰਨ ਦਾ ਐਲਾਨ ਕੀਤਾ ਸੀ। ਵੀਰ ਗੁਰਪਾਲ ਸਿੰਘ ਜੀ ਦਾ ਕਹਿਣਾ ਹੈ ਕਿ ਬਹੁਤ ਚੰਗਾ ਹੋਵੇਗਾ ਜੇ ਤੁਸੀਂ ਭਗਤਪੂਰਨ ਸਿੰਘ ਜੀ ਦੀ ਅੰਗਰੇਜ਼ੀ ਵਿੱਚ ਲਿਖੀ ਚਿੱਠੀ ਪੰਜਾਬੀ ਅਨਵਾਦ ਸਾਥ ਟੀਵੀ 84 ਦੇ ਦਰਸ਼ਕਾਂ ਨਾਲ ਸਾਂਝੀ ਕਰੋ ਜੀ ਡਾਕਟਰ ਸਾਹਿਬ ਸਭ ਤੋਂ ਪਹਿਲਾਂ ਤਾਂ ਵੀਰ ਗੁਰਪਾਲ ਸਿੰਘ ਸੰਘੇੜਾ ਜੀ ਦਾ ਬਹੁਤ-ਬਹੁਤ ਧੰਨਵਾਦ। ਉਹਨਾਂ ਨੇ ਸਾਨੂੰ ਟੋਰਾਂਟੋ ਕੈਨੇਡਾ ਤੋਂ ਲਿਖਿਆ। ਜੀ ਸਾਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਸਾਡੇ ਵੀਰ ਪੈਣਾ ਜਿਸ ਡਾਕੂਮੈਂਟ ਨੂੰ ਜਾਂ ਜਿਸ ਦਸਤਾਵੇਜ਼ ਨੂੰ ਅਹਿਮ ਸਮਝਦੇ ਨੇ ਉਹ ਸਾਡੇ ਤੱਕ ਪਹੁੰਚਦਾ ਕਰਦੇ ਨੇ ਜੀ ਤੇ ਉਹਨਾਂ ਦੀ ਇਹ ਚਾਹਨਾ ਬਿਲਕੁਲ ਜਾਇਜ਼ ਵਾਜਬ ਹੈ ਕਿ ਇਹ ਦਰਸ਼ਕਾਂ ਦੇ ਨਾਲ ਸਾਂਝਾ ਕੀਤਾ ਜਾਏ ਜੀ ਅ ਉਹਨਾਂ ਦਾ ਧੰਨਵਾਦ ਉਹਨਾਂ ਨੂੰ ਸੱਚੋ ਸੱਚ ਚੰਗਾ ਲੱਗਦਾ ਹੈ ਉਹਨਾਂ ਨੂੰ ਏ ਭਵਿਕਦਾ ਔਰ ਮਾਰਗ ਦਸੇਰਾ ਇਹ ਪ੍ਰੋਗਰਾਮ ਲੱਗਦਾ ਹੈ ਉਸੇ ਤਾਂ ਇਸ ਯਤਨ ਚ ਹੈ ਕਿ ਕਿਵੇਂ ਹਰ ਆਏ ਦਿਨ ਇਸ ਨੂੰ ਅੱਗੇ ਨਾਲ ਹੋਰ ਇੰਪਰੂਵ ਕਰ ਸਕੀਏ ਸੋ ਸਾਡੇ ਦਰਸ਼ਕਾਂ ਦੀਆਂ ਸ਼ੁਭ ਕਾਮਨਾਵਾਂ ਉਹਨਾਂ ਵੱਲੋਂ ਦਿੱਤੀ ਗਈ ਇਨਪੁਟ ਸਾਡੇ ਲਈ ਬੜਾ ਕੀਮਤੀ ਸਰਮਾਇਆ ਹੈ ਜੀ ਔਰ ਅਸੀਂ ਆਸ ਕਰਦੇ ਹਾਂ ਵੀ ਸਾਡੇ ਦਰਸ਼ਕ ਵੱਧ ਤੋਂ ਵੱਧ ਸਾਡੇ ਤੱਕ ਆਪਣੇ ਵਿਚਾਰ ਪਹੁੰਚਾਉਣ ਕਿ ਇਸ ਪ੍ਰੋਗਰਾਮ ਨੂੰ ਅਸੀਂ ਹੋਰ ਕਿਵੇਂ ਇੰਪਰੂਵ ਕਰ ਸਕਦੇ ਜੀ ਅ ਭਗਤਪੂਰਨ ਸਿੰਘ ਪਿੰਗਲਵਾੜਾ ਦਾ ਉਹਨਾਂ ਨੇ ਸਤੰਬਰ ਦੇ ਲਗਭਗ ਇਹਨਾਂ ਦਿਨਾਂ ਦੇ ਵਿੱਚ ਹੀ ਆ ਜਿਹੜਾ ਲੈਟਰ ਸਤੰਬਰ 1984 ਚ ਉਹਨਾਂ ਨੇ ਉਸ ਵੇਲੇ ਦੇ ਭਾਰਤ ਦੇ ਰਾਸ਼ਟਰਪਤੀ ਗਿਆਨੀ ਜ਼ੈਲ ਸਿੰਘ ਨੂੰ ਲਿਖਿਆ ਜੀ ਉਸ ਦਾ ਉਹਨਾਂ ਨੇ ਸਾਨੂੰ ਆ ਜਿਹੜਾ ਪੀਡੀ ਫਾਈਲ ਫਾਰਮੈਟ ਚ ਭੇਜੇ ਜੀ ਦੇਖੋ ਭਗਤਪੂਰਨ ਸਿੰਘ ਬਹੁਤ ਵੱਡੀ ਸ਼ਖਸੀਅਤ ਨੇ ਉਹਨਾਂ ਨੂੰ ਈਵਨ ਬੇਸ਼ੱਕ ਅਸੀਂ ਖੁਸ਼ਵੰਤ ਸਿੰਘ ਜਰਨਲਿਸਟ ਨੂੰ ਪਸੰਦ ਨਹੀਂ ਕਰਦੇ ਕਿਉਂਕਿ ਉਸ ਦਾ ਡਿਫਰੈਂਟ ਰੋਲ ਰਿਹਾ ਹੈ ਕਦੇ ਉਹ ਨਹਿਰੂ ਪਰਿਵਾਰ ਦਾ ਖੁਸ਼ਾਮਦੀ ਸੀ ਕਦੇ ਉਹ ਨਾਸਤਕ ਬਣ ਜਾਂਦਾ ਹੈ ਜੀ ਖਾਲਸਤਾਨ ਲੈਰ ਰਸੰਤਪਿੰਡਾ ਵਾਲਾ ਪ੍ਰਤੀ ਉਹ ਬਹੁਤ ਬਹੁ ਗਿਣਤੀ ਨੂੰ ਖੁਸ਼ ਕਰਨ ਦੇ ਲਈ ਨੈਗੇਟਿਵ ਗੱਲਾਂ ਕਰਦਾ ਹੈ ਜੀ ਪਰ ਉਸ ਨੇ ਵੀ ਭਗਤਪੂਰਨ ਸਿੰਘ ਨੂੰ ਜਦੋਂ ਟ੍ਰਿਬਿਊਟ ਦਿੱਤੀ ਜਾਂ ਉਹਨਾਂ ਬਾਰੇ ਲਿਖਿਆ ਹੈ ਔਰ ਕੁਝ ਸੰਪਾਦਨ ਵੀ ਕੀਤਾ ਹੈ ਤਾਂ ਉਹਨਾਂ ਨੇ ਕਿਹਾ ਵੀ ਮਦਰ ਟੇਰੇਸਾ ਆਫ ਦਾ ਸਿਕਸ ਜੀ ਜੋ ਸਿੱਖਾਂ ਦੀ ਮਦਰ ਟਰੇਸਾ ਨੇ ਫਿਰ ਨਾਲ ਹੀ ਉਹਨੇ ਕਿਹਾ ਔਰ ਦੂਸਰੇ ਵੀ ਕਹਿੰਦੇ ਨੇ ਵੀ ਮਦਰ ਟਰੇਸਾ ਦੇ ਪਿੱਛੇ ਤਾਂ ਦੁਨੀਆ ਭਰ ਦਾ ਈਸਾਈ ਜਗਤ ਬਿਲੀਅਨਸ ਆਫ ਡਾਲਰਸ ਦੀ ਫੰਡਿੰਗ ਜੀ ਔਰ ਉਸਦਾ ਮਿਸ਼ਨ ਦੂਜਿਆਂ ਨੂੰ ਈਸਾਈ ਧਰਮ ਵੱਲ ਲੈ ਆਣਾ ਇਹ ਸਾਰਾ ਕੁਝ ਹੀ ਜੁੜਿਆ ਹੋਇਆ ਸੀ ਜੀ ਪਰ ਇਹ ਵਿਚਾਰਾ ਇੱਕ ਗੁਰੂ ਤੇ ਭਰੋਸਾ ਰੱਖਣ ਵਾਲਾ ਸਿੱਖ ਜਿਸ ਨੇ ਡੇਰਾ ਸਾਹਿਬ ਲਾਹੌਰ ਚ ਇੱਕ ਪਿੰਗਲੇ ਬੱਚੇ ਨੂੰ ਦੇਖਿਆ ਗੁਰੂ ਅਰਜਨ ਸਾਹਿਬ ਦਾ ਸ਼ਹੀਦੀ ਦਿਨ ਸੀ ਔਰ ਉਹਨਾਂ ਨੇ ਆਪਣੀ ਲਿਖਤ ਦੇ ਵਿੱਚ ਇਹ ਲਿਖਿਆ ਜੀ ਉਹ ਜਦੋਂ ਬਾਹਰ ਨਿਕਲੇ ਤੇ ਉਹਨਾਂ ਨੇ ਦੇਖਿਆ ਕਿ ਕੋਈ ਪਿੰਗਲਾ ਬੱਚਾ ਉੱਥੇ ਛੱਡ ਗਿਆ ਔਰ ਉਸ ਤੋਂ ਹੀ ਉਹਨਾਂ ਨੇ ਉਸ ਨੂੰ ਦੇਖਿਆ ਵੀ ਉਹਦਾ ਕੋਈ ਵਾਲੀ ਵਾਰਸ ਨਹੀਂ ਹੈ ਉਹਨਾਂ ਨੇ ਉਹਨੂੰ ਚੁੱਕਿਆ ਔਰ ਉਹ ਪਿਆਰਾ ਸਿੰਘ ਜਿਹੜਾ ਅੱਜ ਪਿੰਗਲਵਾੜਾ ਦੀ ਸੰਸਥਾ ਬਹੁਤ ਵੱਡੇ ਪੱਧਰ ਤੇ ਸੇਵਾ ਕਰ ਰਹੀ ਹੈ ਉਹ ਉਸ ਦਾ ਪਹਿਲਾ ਜਿਹੜਾ ਪ੍ਰਵੇਸ਼ਕ ਜਾਂ ਉਸ ਦਾ ਪਹਿਲਾ ਕਲਾਇੰਟ ਬਣਿਆ ਜੀ ਮੇਰੇ ਵੀ ਭਗਤਪੂਰਨ ਸਿੰਘ ਨਾਲ ਇੱਕ ਬੜੇ ਪ੍ਰੇਮ ਭਰੇ ਔਰ ਮੋਟੀਵੇਸ਼ਨਲ ਸਬੰਧ ਰਹੇ ਨੇ ਮੈਂ ਸ਼ਾਇਦ ਅੱਗੇ ਵੀ ਮੈਂਸ਼ਨ ਕੀਤਾ ਸੀ ਕਿ ਮੈਂ ਖਾਸ ਤੌਰ ਤੇ ਉਹਨਾਂ ਦੇ ਜਨਮ ਦਿਨ ਦੇ ਮੌਕੇ ਜ਼ਰੂਰ ਪਿੰਗਲਵਾੜਾ ਅੰਮ੍ਰਿਤਸਰ ਚੋ ਦਿਨ ਬਤੌਂਦਾ ਸੀ ਔਰ ਉਹਨਾਂ ਨੂੰ ਬੜਾ ਖਾਲਸ ਖੱਦਰ ਹੀ ਪਾਉਂਦੇ ਸਨ ਕਿਉਂਕਿ ਬਹੁਤ ਉਹ ਬਹੁਤ ਜ਼ਿਆਦਾ ਗਾਂਧੀਵਾਦੀ ਜਾਂ ਕਾਂਗਰਸ ਵਿਚਾਰਤਾਰਾਂ ਤੋਂ ਪ੍ਰਭਾਵਿਤ ਸਨ ਜੀ ਅਲਾ ਉਹਨਾਂ ਦੇ ਵਿਸ਼ਵਾਸ ਪੱਕੇ ਸਿੱਖੀ ਸਾਨ ਅੰਮ੍ਰਿਤ ਵੇਲੇ ਜਾਗਣਾ ਹਰਮੰਦਰ ਸਾਹਿਬ ਦੇ ਸਰੋਵਰ ਚ ਇਸ਼ਨਾਨ ਔਰ ਇਹ ਸਾਰਾ ਲੇਕਿਨ ਉਹਨਾਂ ਵੱਲੋਂ ਉਸ ਕਿਸਮ ਦਾ ਆਦਰਸ਼ਵਾਦੀ ਬੰਦਾ ਵੀ ਜਿਹੜਾ ਨੈਸ਼ਨਲਿਸਟ ਸੀ ਭਗਤਪੁਰਨ ਸਿੰਘ ਕੋਈ ਖਾਲਸਤਾਨੀ ਵਿਚਾਰਧਾਰਤਾ ਦੇ ਨਹੀਂ ਸਨ ਇਸ ਤੋਂ ਪਹਿਲਾਂ ਉਹਨਾਂ ਦੇ ਬਾਅਦ ਕੀ ਵਿਚਾਰ ਹੋਏ ਫਿਰ ਤਾਂ ਮੈਨੂੰ ਪਤਾ ਨਹੀਂ ਜੀ ਲੇਕਿਨ ਉਹ ਇੱਕ ਪੱਕੇ ਨੈਸ਼ਨਲਿਸਟ ਪੱਕਾ ਖੱਦਰ ਪਾਉਣ ਵਾਲੇ ਗਾਂਧੀ ਦੀ ਜਿਹੜੀ ਹੈ ਆਈਡੀਓਲੋਜੀ ਚ ਕਿੰਨ ਰੱਖਣ ਵਾਲੇ ਪਰ ਸਰਬੱਤ ਦਾ ਭਲਾ ਚਾਹਣ ਵਾਲੇ ਜੀ ਜਿਸ ਦੇ ਵਿੱਚ ਉਹਨਾਂ ਨੂੰ ਹੁਣ ਅੱਜ ਅਸੀਂ ਇਹਨ ਵਾਇਰਨਮੈਂਟ ਦੀ ਗੱਲ ਕਰਦੇ ਆਂ ਜੀ ਦਰਖਤ ਲਾਉਣ ਦੀਆਂ ਮੁਹਿੰਮਾਂ ਸ਼ੁਰੂ ਹੋ ਗਈਆਂ ਕੋਈ ਨੰਨੀ ਛਾ ਆ ਗਈ ਕੋ ਹੋਰ ਆ ਗਈ ਪੰਜਾਬ ਦੇ ਵਿੱਚ ਕੋਈ ਇਹ ਆ ਜੀ ਇਹਨੇ ਲੱਖ ਪੌਦੇ ਲਾ ਕੇ ਇਹ ਖਬਰਾਂ ਨੇ ਫੰਡ ਰੇਜ਼ਿੰਗ ਉੱਤੇ ਸ਼ੁਰੂ ਕੀਤੀਆਂ ਜੀ ਲੇਕਿਨ ਉਸ ਜ਼ਮਾਨੇ ਦੇ ਵਿੱਚ ਜਦੋਂ ਅਸੀਂ 70ਵਿਆਂ ਦੀ ਗੱਲ ਕਰਦੇ ਹਾਂ ਕੋਈ ਅਵੇਅਰਨੈਸ ਨਹੀਂ ਸੀ ਇਸ ਮੁੱਦੇ ਤੇ ਜੀ ਸੋ ਉਹਨਾਂ ਨੇ ਬੜੇ ਸਧਾਰਨ ਜੇ ਕਾਗਜ਼ਾਂ ਤੇ ਲੰਬੇ ਲੰਬੇ ਉਹਨਾਂ ਦੇ ਲਿਖਣ ਸਟਾਈਲ ਦੇ ਵਿੱਚ ਆਪਣੀ ਪ੍ਰੈਸ ਦੇ ਵਿੱਚ ਛਾਪ ਕੇ ਕਿ ਭਾਈ ਅਸੀਂ ਆਪਣੀ ਕਬਰ ਆ ਪੁੱਟ ਰਹੇ ਹਾਂ ਆਪਣੀ ਅਸੀਂ ਧਰਤੀ ਨੂੰ ਗੰਦਾ ਕਰ ਰਹੇ ਹਾਂ ਅਸੀਂ ਪਾਣੀ ਨੂੰ ਗੰਦਾ ਕਰ ਰਹੇ ਹਾਂ ਅੱਜ ਅਸੀਂ ਕੈਂਸਰ ਦੀ ਗੱਲ ਕਰਦੇ ਹਾਂ ਮਾਲਵਾ ਬੈਂਡਸ ਕੇ ਕਿਵੇਂ ਖਾਦਾਂ ਤਬਾਈ ਕਰ ਰਹੀਆਂ ਸੋ ਉਹਨਾਂ ਨੇ ਉਸ ਜ਼ਮਾਨੇ ਚ ਲਿਖਣਾ ਹੈ ਕਿ ਵੀ ਤੁਹਾਡੇ ਕੋਲ ਰੂੜੀ ਹੈ ਤੁਹਾਡੇ ਕੋਲ ਆਪਣੀਆਂ ਖਾਦਾਂ ਨੇ ਮਤ ਇਸਤੇਮਾਲ ਕਰੋ ਉਹਨਾਂ ਚੀਜ਼ਾਂ ਨੂੰ ਜਿਹਨਾਂ ਨੇ ਤੁਹਾਡੀ ਜ਼ਿੰਦਗੀ ਨੂੰ ਹੀ ਨਰਕ ਬਣਾ ਦੇਣੇ ਜੀ ਜੀ ਸੋ ਅਜ 30 40 ਸਾਲ ਬਾਅਦ ਉਹ ਸਾਰੀਆਂ ਗੱਲਾਂ ਸਾਹਮਣੇ ਆ ਰਹੀਆਂ ਨੇ ਸੋ ਉਹਨਾਂ ਦਾ ਕੋਈ ਵਖਵਾਦੀ ਏਜੰਡਾ ਨਹੀਂ ਸੀ ਜੀ ਉਹ ਇੱਕ ਸਰਬੱਤ ਦੇ ਭਲੇ ਵਾਲੀ ਸ਼ਖਸੀਅਤ ਸੀ ਔਰ ਜਿਵੇਂ ਉਹਨਾਂ ਨੇ ਸੇਵਾ ਕੀਤੀ ਪਿੰਗਲਿਆਂ ਦੀ ਜਿਨ੍ਹਾਂ ਨੂੰ ਉਹਨਾਂ ਦੇ ਘਰ ਦੇ ਵਿੱਚ ਤੰਗ ਆ ਕੇ ਤਿਆਗ ਦੁੰਦੇ ਸੀ ਉਹ ਰਿਮਾਰਕਏਬਲ ਜੀ ਸੋ ਜੇ ਉਸ ਕਿਸਮ ਦੀ ਸ਼ਖਸੀਅਤ ਜੂਨ 84 ਦੇ ਕੱਲੂ ਕਾਰੇ ਬਾਰੇ ਕੋਈ ਕਮੈਂਟ ਕਰਦੀ ਏ ਔਰ ਉਹਨਾਂ ਨੂੰ ਕਿਉਂਕਿ ਉਹਨਾਂ ਦੀਆਂ ਸੇਵਾਵਾਂ ਦੇ ਲਈ ਪਦਮਸ਼ਰੀ ਅਵਾਰਡ ਦਿੱਤਾ ਸੀ ਇੰਡੀਅਨ ਗਵਰਨਮੈਂਟ ਨੇ ਇਹ 26 ਜਨਵਰੀ ਦੇ ਮੌਕੇ ਤੇ ਇਹਨਾਂ ਨੇ ਬਣਾਏ ਹੋਏ ਨੇ ਇਸ ਕਿਸਮ ਦੇ ਪਦਮ ਭੂਸ਼ਣ ਪਦਮ ਵਿਭੂਸ਼ਣ ਪਦਮਸ਼ਰੀ ਉਹ ਦੰਦੇ ਨੇ ਅਡਕਟ ਸੇਵਾਵਾਂ ਦੇ ਖੇਤਰ ਜੀ ਔਰ ਉਹਨਾਂ ਨੇ ਜਦੋਂ ਜੂਨ 84 ਦਾ ਕੱਲੂਕਾਰਾ ਹੋਇਆ ਤਾਂ ਉਸ ਤੋਂ ਬਾਅਦ ਉਹਨਾਂ ਨੇ ਸਤੰਬਰ ਦੇ ਮਹੀਨੇ ਚ ਚਿੱਠੀ ਲਿਖੀ ਪ੍ਰੈਜ਼ੀਡੈਂਟ ਨੂੰ ਔਰ ਨਾਲ ਹੀ ਆਪਣਾ ਪਦਮਸ਼੍ਰੀ ਜਿਹੜਾ ਐਵਾਰਡ ਸੀ ਇਨਾਮ ਸੀ ਉਹ ਵਾਪਸ ਕਰ ਦਿੱਤਾ ਜੀ ਔਰ ਵਾਪਸ ਕਰਨ ਲੱਗੇ ਉਹਨਾਂ ਨੇ ਉਸ ਚਿੱਠੀ ਦੇ ਵਿੱਚ ਲਿਖਿਆ ਵੀ ਮੈਂ ਕਿਉਂ ਇਹ ਵਾਪਸ ਕਰ ਰਿਹਾ ਸੋ ਇੱਕ ਇਤਿਹਾਸਕ ਦਸਤਾਵੇਜ਼ ਹੈ ਔਰ ਵੀਰ ਗੁਰਪਾਲ ਸਿੰਘ ਜੀ ਦੀ ਚਾਹਨਾ ਮੁਤਾਬਕ ਮੈਂ ਪੜ ਵੀ ਰਹੇ ਜੀ ਜੇ ਉਹ ਨਾ ਵੀ ਇਹ ਚਾਹਨਾ ਕਰਦੇ ਫਿਰ ਵੀ ਮੈਂ ਇਸ ਨੂੰ ਪੜਨਾ ਸੀ ਕਿਉਂਕਿ ਉਦੋਂ ਉਨਾ ਜ਼ਮਾਨੇ 'ਚ ਅਖਬਾਰ 'ਚ ਆਇਆ ਸੀ ਮੁੜ ਕੇ ਫੇਰੀ ਦੀ ਕੋਈ ਬਹੁਤੀ ਦੇਖਿਆ ਨਹੀਂ ਵੀ Ориジナル ਕੀ ਹੈ ਜੀ ਸੋ ਇਹਨਾਂ ਨੇ ਭਗਤ ਪੂਰਨ ਸਿੰਘ ਲਿਖਤੇ ਨੇ ਟੂ ਪ੍ਰੈਜ਼ੀਡੈਂਟ ਆਫ ਇੰਡੀਆ ਰਾਸ਼ਟਰਪਤੀ ਭਵਨ ਦਿੱਲੀ ਜੀ ਸਬਜੈਕਟ ਰਿਟਰਨ ਆਫ ਦਾ ਅਵਾਰਡ ਆਫ ਪਦਮ ਸ਼ਰੀ ਅਗੇਂਸਟ ਦਾ ਇਨ ਹਿਊਮਨ ਆਰਮੀ ਐਕਸ਼ਨ ਐਟ ਸ਼੍ਰੀ ਦਰਬਾਰ ਸਾਹਿਬ ਸ਼੍ਰੀ ਅੰਮ੍ਰਿਤਸਰ ਕਿ ਰਾਸ਼ਟਰਪਤੀ ਨੂੰ ਸੰਬੋਧਿਤ ਹੈ ਕਿ ਫੌਜ ਦੇ ਅਣਮਨੁੱਖੀ ਕਾਰਿਆਾਂ ਕਰਕੇ ਜੋ ਉਹਨਾਂ ਨੇ ਹਰਮੰਦਰ ਸਾਹਿਬ ਅੰਮ੍ਰਿਤਸਰ 'ਚ ਕੀਤੇ ਜੀ ਮੈਂ ਪਦਮਸ਼੍ਰੀ ਦਾ ਜਿਹੜਾ ਇਹ ਇਨਾਮ ਹੈ ਉਹਨੂੰ ਵਾਪਸ ਕਰ ਰਿਹਾ ਹਾਂ ਜੀ ਸ਼੍ਰੀਮਾਨ ਜੀ ਸੈਂਡਿੰਗ ਦਾ ਆਰਮਡ ਫੋਰਸਸ ਇੰਟੂ ਸ਼੍ਰੀ ਦਰਬਾਰ ਸਾਹਿਬ ਫਾਰ ਮਿਲਟਰੀ ਐਕਸ਼ਨ ਹੈਜ਼ ਆਲਰੇਡੀ ਪ੍ਰੋਡਿਊਸਡ ਕਾਊਂਟਲੈਸ ਪੇਨਫੁੱਲ ਰਿਜ਼ਲਟਸ ਕਿ ਫੌਜ ਨੂੰ ਹਰਮੰਦਰ ਸਾਹਿਬ ਦੇ ਵਿੱਚ ਭੇਜਣਾ ਦਰਬਾਰ ਸਾਹਿਬ ਦੇ ਵਿੱਚ ਭੇਜਣਾ ਉਹਨੇ ਆਲਰੇਡੀ ਬਹੁਤ ਸਾਰੇ ਅਨਗਿਣਤ ਦੁਖਦਾਈ ਨਤੀਜੇ ਪੈਦਾ ਕੀਤੇ ਨੇ ਜੀ ਐਜ਼ ਅ ਰਿਜ਼ਲਟ ਆਫ ਦਿਸ ਆਰਮੀ ਐਕਸ਼ਨ ਦਾ ਸਿੱਖ ਵਰਲਡ ਵਰਲਡ ਹੈਜ਼ ਬੀਨ ਡੀਪਲੀ ਹਰਟ ਇਸ ਫੌਜੀ ਕਾਰਵਾਈ ਕਰਕੇ ਸਿੱਖ ਜਗਤ ਧੂੰਗੇ ਸਦਮੇ ਦਾ ਸ਼ਿਕਾਰ ਹੈ ਜੀ ਯੂ ਹੈਵ ਸੀਨ ਹਾਊ ਪੇਨਫੁਲ ਹੈਜ਼ ਬੀਨ ਦਾ ਇਫੈਕਟ ਆਫ ਦਿਸ ਆਰਮੀ ਐਕਸ਼ਨ ਔਨ ਦਾ ਦਰਸ਼ਨੀ ਡਿਓਡੀ ਐਂਡ ਦਾ ਬਿਲਡਿੰਗ ਆਫ ਸ਼੍ਰੀ ਅਕਾਲ ਤਖਤ ਕਿ ਤੁਸੀਂ ਖੁਦ ਦੇਖਿਆ ਹੋਣਾ ਕਿਉਂਕਿ ਜ਼ੈਨ ਸਿੰਘ 9 ਜਾਂ 10 ਜੂਨ ਨੂੰ ਉੱਥੇ ਆਇਆ ਉਹਨੂੰ ਪਰਸਨਲ ਕਹਿ ਰਹੇ ਨੇ ਕਿ ਤੂੰ ਖੁਦ ਦੇਖਿਆ ਹੋਣਾ ਕਿ ਕਿਵੇਂ ਇਸ ਫੌਜੀ ਐਕਸ਼ਨ ਨੇ ਦਰਸ਼ਨੀ ਜੋੜੀ ਤੇ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਭਾਰੀ ਨੁਕਸਾਨ ਪਹੁੰਚਾਇਆ ਜੀ ਆਰਮੀ ਹੈਜ਼ ਪਰਪੀਟ੍ਰੇਟਿਡ ਐਕਟਸ ਵਿਚ ਯੂ ਕੁਡਨਟ ਹੈਵ ਨੋਨ ਫੌਜ ਨੇ ਉੱਥੇ ਉਹ ਮਾੜੀਆਂ ਕਰਤੂਤਾਂ ਕੀਤੀਆਂ ਨੇ ਜਿਨ੍ਹਾਂ ਬਾਰੇ ਤੁਹਾਨੂੰ ਖਬਰ ਨਹੀਂ ਹੋਏਗੀ ਜੀ ਅਪ ਟੂ ਸਪਟੈਂਬਰ 9 1984 ਆਈ ਹੈਵ ਬੀਨ ਇਨਵੈਸਟੀਗੇਟਿੰਗ ਵਾਟ ਆਈ ਹੈਵ ਹਰਡ ਫ্রম ਦਾ ਪੀਪਲ ਨਵ ਸਤੰਬਰ 1984 ਤੱਕ ਜੋ ਮੈਂ ਲੋਕਾਂ ਤੋਂ ਸੁਣਿਆ ਸੀ ਉਸ ਦੀ ਮੈਂ ਖੁਦ ਵਿਰਵੇ ਨਾਲ ਪੜਤਾਲ ਕੀਤੀ ਹੈ ਆਈ ਹੈਵ ਐਕਸਰਾਈਜ਼ਡ ਮਚ ਰਿਸਟ੍ਰੇਂਟ ਐਂਡ ਹੈਵ ਨਾਟ ਰਸ਼ ਟੂ ਦਾ ਕਨਕਲੂਜਨ ਕਿ ਮੈਂ ਬਹੁਤ ਜਿਹੜਾ ਖੋਜ ਤੋਂ ਬਾਅਦ ਕੋਖ ਤੋਂ ਬਾਅਦ ਹੀ ਇਹ ਫੈਸਲਾ ਕੀਤਾ ਹੈ ਮੈਂ ਕੋਈ ਇੱਕਦਮ ਜਜ਼ਬਾਤੀ ਫੈਸਲਾ ਨਹੀਂ ਕੀਤਾ ਕਿ ਵੀ ਜੂਨ ਚ ਹਮਲਾ ਹੋਇਆ ਜੂਨ 6 ਨੂੰ ਤੇ ਮੈਂ 7 ਨੂੰ ਅਸਤੀਫਾ ਦੇ ਦਿੱਤਾ ਉਹਨਾਂ ਨੇ ਕਿਹਾ ਵੀ ਮੈਂ ਸਤੰਬਰ 9 ਤੱਕ ਇਸ ਲਈ ਇੰਤਜ਼ਾਰ ਕੀਤਾ ਹੈ ਕਿ ਜੋ ਗੱਲਾਂ ਲੋਕਾਂ ਨੇ ਕਹੀਆਂ ਨੇ ਮੈਂ ਉਹਨਾਂ ਦੀ ਜਿਹੜੀ ਹੈ ਪੂਰੀ ਪੜਤਾਲ ਕਰਾਂ ਔਰ ਹੁਣ ਮੈਂ ਇਸ ਨਤੀਜੇ ਤੇ ਪਹੁੰਚੇ ਆਂ ਜੀ ਆਇਲ ਰਿਲੇਟ ਸਮ ਆਫ ਦਾ ਹੈਪਨਿੰਗਸ ਥੈਟ ਆਈ ਹੈਵ ਇਨਵੈਸਟੀਗੇਟਿਡ ਸਮ ਨਾਟ ਸਾਰੀਆਂ ਜੀ ਕਿ ਮੈਂ ਸਿਰਫ ਕੁਝ ਘਟਨਾਵਾਂ ਦਾ ਜ਼ਿਕਰ ਕਰਾਂਗਾ ਜਿਨ੍ਹਾਂ ਦੀ ਮੈਂ ਖੋਜ ਕੀਤੀ ਹੈ ਜਾਂ ਜਿਨ੍ਹਾਂ ਦੀ ਮੈਂ ਪੜਤਾਲ ਕੀਤੀ ਹੈ ਜੀ ਨੰਬਰ 1 ਆਰਮੀ ਮੈਨ ਅਰੇਸਟਡ ਅ ਸਕ੍ਰਿਪਚਰ ਰੀਡਰ ਆਫ ਸ਼੍ਰੀ ਦਰਬਾਰ ਸਾਹਿਬ ਅਲੋਂਗ ਵਿਦ ਹਿਸ ਫੈਮਿਲੀ ਕਫੌਜ ਨੇ ਹਰਮੰਦਰ ਸਾਹਿਬ ਦਰਬਾਰ ਸਾਹਿਬ ਚ ਪਾਠ ਕਰਨ ਵਾਲੇ ਇੱਕ ਗ੍ਰੰਥੀ ਨੂੰ ਉਸ ਦੇ ਪਰਿਵਾਰ ਸਹਿਤ ਗ੍ਰਫਤਾਰ ਕੀਤਾ ਜੀ ਦਾ ਐਨਟਾਇਰ ਫੈਮਿਲੀ ਵਾਸ ਨਾਟ ਗਿਵਨ ਆਈਦਰ ਫੂਡ অর ਵਾਟਰ ਫਾਰ ਦਾ ਹੋਲ ਡੇ ਸਾਰਾ ਦਿਨ ਉਸ ਪਰਿਵਾਰ ਨੂੰ ਪਾਣੀ ਜਾਂ ਖਾਣ ਨੂੰ ਰੋਟੀ ਨਹੀਂ ਦਿੱਤੀ ਗਈ ਜੀ ਰਾਈਫਲ ਬੱਟਸ ਵਰ ਐਡਮਿਨਿਸਟਰਡ ਔਨ ਦਾ ਸਕ੍ਰਿਪਚਰ ਰੀਡਰਸ ਹੈਂਡਸ ਦਾ ਹੋਲ ਡੇ ਸਾਰਾ ਦਿਨ ਉਸ ਦੇ ਹੱਥਾਂ ਦੇ ਉੱਤੇ ਰਾਈਫਲ ਦੇ ਬੱਟ ਮਾਰੇ ਗਏ ਉਸ ਗ੍ਰੰਥੀ ਸਿੰਘ ਦੇ ਜੀ ਐਨ ਅਦਰ ਸਕ੍ਰਿਪਚਰ ਰੀਡਰ ਆਫ ਦਾ ਸ਼ਰਾਈਨ ਵਾਸ ਗਿਵਨ ਦਾ ਸੇਮ ਟ੍ਰੀਟਮੈਂਟ ਅੰਟਿਲ ਹਿਸ ਹੈਂਡਸ ਵਰ ਸਵੋਲਨ ਇੱਕ ਹੋਰ ਦਰਬਾਰ ਸਾਹਿਬ ਦੇ ਗ੍ਰੰਥੀ ਦੇ ਹੱਥਾਂ ਤੇ ਵੀ ਉਦੋਂ ਤੱਕ ਰਾਈਫਲ ਦੇ ਬੱਟ ਮਾਰੇ ਗਏ ਜਦੋਂ ਤੱਕ ਕਿ ਉਹਦੇ ਹੱਥ ਸੁੱਜ ਨਹੀਂ ਗਏ ਜੀ ਨੰਬਰ 2 the sangat in in darbar sahib complex consisting of women men and children has been fired upon and killed as the mosquitos are wiped out with poisonous spray ke darbar sahab de andar auratan bachche te mard ji unna nu ivai goliyan de naal pun ditta gaya jivein ke chhidka kar ke poisonous zahreele chhidka de naal machhar mari de ne ji ji ke unna nu ivai darbar sahab de vich jehda goliyan de naal maraya gaya ke jivein oh machhar hon is to zyada unna di ahmiyat na hoy number 10 the pilgrims who had been arrested in sri darbar sahib and teja singh samundri hall around 12 noon on tuesday were given water by the sikh army men after 30 hours on wednesday ke jinan nu darbar sahib te teja singh samundri hall ch 12 vajje dopahar mangalwar nu fadya gaya si unhan nu 36 ghantiyan baad 34 34 ghantiyan baad ਸਿੱਖ ਫੌਜੀਆ ਨੇ ਪੀਣ ਨੂੰ ਪਾਣੀ ਦਿੱਤਾ ਹੁਣ ਇਹ ਜੂਨ ਦਾ ਮਹੀਨਾ ਹੈ ਪੰਜਾਬ 'ਚ ਯਾਦ ਕਰ ਲੋ ਕਿ ਜੂਨ ਮਹੀਨੇ 'ਚ ਅਸੀਂ ਪੰਜ-ਪੰਜ ਮਿੰਟ ਬਾਅਦ ਪਾਣੀ ਪੀਂਦੇ 36 ਘੰਟੇ ਉਹ ਜਿਹੜੇ ਨੇ ਬਿਨਾ ਪਾਣੀ ਤੋਂ ਰਹੇ ਜੀ ਦਾ ਚਿਲਡਰਨਜ਼ ਆਈਜ਼ ਵਾਰ ਪੋਪਿੰਗ ਆਊਟ ਵਿਦ ਥਰਸਟ ਐਂਡ ਥੇਅਰ ਮਦਰਸ ਟ్రਾਈਡ ਟੂ ਮੌਇਸਚਰ ਲਿਪਸ ਵਿਦ ਸਵੇਟ ਜੀ ਇਹ ਬੱਚਿਆਂ ਦੀਆਂ ਅੱਖਾਂ ਗਰਮੀ ਦੇ ਨਾਲ ਬਾਹਰ ਨੂੰ ਆ ਰਹੀਆਂ ਸੀ ਤੇ ਮਾਵਾਂ ਆਪਣਾ ਪਸੀਨਾ ਉਹਨਾਂ ਦੇ ਬੁੱਲਾਂ ਨੂੰ ਲਾ ਕੇ ਉਹਨਾਂ ਦੀ ਪਿਆਸ ਬੁਝਾਉਣ ਦਾ ਜਾਣ ਤੱਕ ਕਰ ਰਹੀ ਹਾਂ ਸੀ ਵੈਨ ਸਮ ਵੂਮਨ ਆਸਕਡ ਫਾਰ ਵਾਟਰ ਫਾਰ ਦਾ ਚਿਲड्रन द ਆਰਮੀ men ਟੋਲਡ them ਦੈਟ ਦਾ ਚਿਲड्रन ਊਡ ਗਰੋ ਅਪ ਐਂਡ ਕਿਲ ਦਾ ਆਰਮੀ men ਸੋ ਵਾਈ ਸ਼ੁੱਡ ਦੇ ਬੀ ਗਿਵਨ ਵਾਟਰ ਕਿ ਜਦੋਂ ਮਾਵਾਂ ਨੇ ਪਾਣੀ ਮੰਗਿਆ ਫੌਜੀਆ ਤਾਂ ਉਹਨਾਂ ਨੇ ਕਿਹਾ ਵੀ ਇਹਨਾਂ ਨੇ ਵੱਡੇ ਹੋ ਕੇ ਸਾਨੂੰ ਹੀ ਮਾਰਨਾ ਹੈ ਸੋ ਇਹਨਾਂ ਨੂੰ ਅਸੀਂ ਕਿਉਂ ਪਾਣੀ ਦਈਏ ਕਿ ਇਹ ਵੱਡੇ ਹੋ ਕੇ ਸਾਨੂੰ ਮਾਰ ਔਨ ਟਿਊਜ਼ਡੇ ਦਾ ਸਮਾਲ ਕੁਆਂਟੀਟੀ ਆਫ ਵਾਟਰ ਦੈਟ ਵਾਸ ਗਿਵਨ ਟੂ ਦਾ ਚਿਲਡਰਨ ਹੈਡ ਸਿਗਰਟਸ ਥਰੋਨ ਇਨਟੂ ਇਟ ਕਿ ਜਦੋਂ ਮੰਗਲਵਾਰ ਨੂੰ ਥੋੜਾ ਜਿਹਾ ਪਾਣੀ ਉਹਨਾਂ ਨੇ ਉਹਨਾਂ ਨੂੰ ਦਿੱਤਾ ਤੇ ਉਸ ਦੇ ਵਿੱਚ ਸਿਗਟਾਂ ਦੀ ਜਿਹੜੀ ਰਾਖ ਹੈ ਉਹ ਮਲਾ ਦਿੱਤੀ ਗਈ ਦੇ ਵਰ ਟੋਲਡ ਦੈਟ ਥਿਸ ਇਜ਼ ਦਾ ਪ੍ਰਸ਼ਾਦ ਆਫ देयर ਗੁਰੂ ਉਹਨਾਂ ਨੂੰ ਕਿਹਾ ਗਿਆ ਵੀ ਇਹ ਤੁਹਾਡੇ ਗੁਰੂ ਦਾ ਪ੍ਰਸ਼ਾਦ ਹੈ ਆਰਮੀ ਮੈਨ ਸਮੋਕਡ ਸਿਗਰਟਸ ਇਨ ਤੇਜਾ ਸਿੰਘ ਸਮੁੰਦਰੀ ਹਾਲ ਐਂਡ ਕੈਪਟਨ ਬਲੋਇੰਗ ਦਾ ਸਮੋਕ ਐਟ ਦਾ ਸਿਕਸ ਕਿ ਫੌਜੀ ਸਿਕਟਾਂ ਪਿੰਦੇ ਰਹੇ ਤੇ ਸਿਕਟਾਂ ਦਾ ਧੂਆਂ ਸਿੱਖਾਂ ਦੇ ਉੱਤੇ ਛੁੱਟਦੇ ਰਹੇ ਜੀ ਦਾ ਟ੍ਰੀਟਮੈਂਟ ਮੈਟਡ ਆਊਟ ਟੂ ਦਾ ਸਿੱਖਸ ਇਨ ਦਾ ਨੇਮ ਆਫ ਆਰਮੀ ਐਕਸ਼ਨ ਹੈਜ਼ ਡੀਪਲੀ ਹਰਟ ਦਾ ਫੀਲਿੰਗਸ ਆਫ ਦਾ ਸਿੱਖ ਵਰਲਡ ਕਿ ਜੋ ਸਿੱਖਾਂ ਦੇ ਨਾਲ ਫੌਜ ਨੇ ਕੀਤਾ ਉਹਨੇ ਸਿੱਖਾਂ ਦੇ ਰਜ਼ਬਾਤਾਂ ਨੂੰ ਬਹੁਤ ਬੁਰੀ ਤਰ੍ਹਾਂ ਹਰਟ ਕੀਤਾ ਹੈਂਡਸ ਆਫ ਦਾ ਯੰਗ ਪਿਲਗ੍ਰਿਮਸ ਅਰੈਸਟਡ ਫ্রম ਦਰਬਾਰ ਸਾਹਿਬ ਵਰ ਟਾਈਡ ਵਿਦ ðiਰ ਟਰਬਨਸ their hair were untied and used to cover their eyes with ke jehde naujawan phade gaye unna diyan paggan naal unna de hath piche banne gaye ji unna de kesaan da jooda khol ke unna diyan akkhan de utte rakha gaya taaki unna nu nazar na aaye jehda to cover their eyes they were forced to kneel down on the hot marble floor and to walk around on their knees ਕਿ ਉਹਨਾਂ ਨੂੰ ਪ੍ਰਕਰਮਾਂ ਦੇ ਸੰਗ ਮਰਮਰ ਦੇ ਫਰਸ਼ ਤੇ ਲੰਮੇ ਪਾ ਦਿੱਤਾ ਗਿਆ ਔਰ ਉਹਨਾਂ ਨੂੰ ਗੋਡਿਆਂ ਦੇ ਪਾਰ ਰਿੜਨ ਦੇ ਉੱਤੇ ਜਿਹੜਾ ਉਹ ਮਜਬੂਰ ਕੀਤਾ ਗਿਆ ਹੈ ਹੈਂਡਸ ਆਫ ਦਾ ਬॉयਜ਼ ਵਰ ਟਾਈਡ ਬਿਹਾਈਂਡ ਥੈਮ ਐਂਡ ਦੇ ਵਰ ਸ਼ਾਟ ਥਰੂ देयर ਫੋਰਹੈਡਸ ਕਿ ਉਹਨਾਂ ਦੇ ਪਿੱਛੇ ਹੱਥ ਬੰਨੇ ਗਏ ਔਰ ਉਹਨਾਂ ਦੇ ਮੱਥਿਆਂ ਦੇ ਵਿੱਚ ਗੋਲੀਆਂ ਮਾਰੀਆਂ ਗਈਆਂ on the 1st of june 1984 the crpf had commenced firing on shri darbar sahib amritsar pehli june nu pehli june 1984 nu crpf ne firing shuru kiti ji on the 1st of june before the arrival of the army the crpf had killed a scripture reader in attendance upon guru granth sahib and the volume itself was shot at ਫੌਜ ਦੇ ਆਉਣ ਤੋਂ ਪਹਿਲਾਂ ਸੀਆਰਪੀਐਫ ਨੇ ਗੋਲੀ ਚਲਾਈ ਇੱਕ ਗ੍ਰੰਥੀ ਮਾਰਿਆ ਗਿਆ ਜਿਹੜਾ ਪਾਠ ਕਰਦਾ ਸੀ ਔਰ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਵੀ ਗੋਲੀ ਲੱਗੀ ਆਫਟਰ ਇਟ ਵਾਸ ਆਲ ਓਵਰ ਦ ਸਿੱਖ ਰੈਫਰੈਂਸ ਲਾਇਬ੍ਰੇਰੀ ਐਂਡ ਸਿੱਖ ਮਿਊਜ਼ੀਅਮ ਵਰ ਸੈਟ ਔਨ ਫਾਇਰ ਆਊਟ ਆਫ ਐਨਿਮਿਟੀ ਐਂਡ ਇਨ ਪਰਸੂਇੰਸ ਆਫ ਪ੍ਰੀ ਡਿਟਰਮਿੰਡ ਐਕਸ਼ਨ ਕਿ ਜਦੋਂ ਦਰਬਾਰ ਸਾਹਿਬ ਤੇ ਫੌਜੀ ਹਮਲੇ ਨੇ ਆਪਣਾ ਮਨੋਰਥ ਹਾਸਲ ਕਰ ਲਿਆ ਉਸ ਤੋਂ ਬਾਅਦ ਸਿੱਖ ਰੈਫਰੈਂਸ ਲਾਇਬ੍ਰੇਰੀ ਤੇ ਸਿੱਖ ਮਿਊਜ਼ੀਅਮ ਇਹਨਾਂ ਨੂੰ ਅੱਗ ਲਾ ਕੇ ਸਾੜ ਦਿੱਤਾ ਗਿਆ ਦੁਸ਼ਮਣੀ ਵਜੋਂ ਔਰ ਜਿਹੜੀ ਕਿ ਪਹਿਲਾਂ ਹੀ ਉਹਨਾਂ ਨੇ ਯੋਜਨਾ ਬਣਾਈ ਹੋਈ ਸੀ ਸਰਕਾਰ ਨੇ ਪ੍ਰੀ ਡਿਟਰਮਿੰਡ ਐਕਸ਼ਨ ਕਿ ਮੌਕੇ ਤੇ ਨਹੀਂ ਹੋਇਆ ਇਹ ਪਹਿਲਾਂ ਹੀ ਡਿਸਾਈਡਡ ਸੀ ਵੀ ਇਹਨਾਂ ਦਾ ਸਰਮਾਇਆ ਤਬਾਹ ਕਰ ਦਿਓ ਇਹਨਾਂ ਦਾ ਸਾਰਾ ਇਤਿਹਾਸ ਤਬਾਹ ਕਰ ਦਿਓ ਇਹ ਉਹ ਕਹਿਣਾ ਚਾਹੁੰਦੇ ਨੇ ਜੀ ਔਨ ਜੂਨ 3rd 1984 ਟੂ ਸਿਕਸ ਵੀਰਿੰਗ ਯੈਲੋ ਟਰਬਨਸ ਐਂਡ ਕਿਰਪਾਨਸ ਗਾਟ ਆਫ ਐਟ ਬਟਾਲਾ ਬੱਸ ਸਟੈਂਡ 3 ਜੂਨ 1984 ਨੂੰ ਦੋ ਸਿਕ ਜਿਨ੍ਹਾਂ ਨੇ ਕੇਸਰੀ ਪੀਲੀਆਂ ਪੱਗਾਂ ਬੰਨੀਆਂ ਹੋਈਆਂ ਸੀ ਕਿਰਪਾਨਾਂ ਪਾਈਆਂ ਸੀ ਉਹ ਬਟਾਲੇ ਦੇ ਬੱਸ ਸਟੈਂਡ ਤੇ ਉਤਰੇ ਦੇ ਵਰ ਆਸਟ ਬਾਈ ਦਾ ਆਰਮੀ ਮੈਨ ਟੂ ਟੇਕ ਆਫ ਦੇ ਟਰਬਨਸ ਫੌਜੀਆਂ ਨੇ ਉਹਨਾਂ ਨੂੰ ਕਿਹਾ ਵੀ ਆਪਣੀਆਂ ਪੱਗਾਂ ਲਾ ਦਿਓ ਜੀ ਔਨ ਦੇ ਰਿਫਿਊਜ਼ਲ ਟੂ ਡੂ ਸੋ ਦੇ ਵਰ ਬੋਥ ਸ਼ਾਟ ਡੈਡ ਜਦੋਂ ਉਹਨਾਂ ਨੇ ਨਾ ਕੀਤੀ ਤੇ ਉਹਨਾਂ ਦੋਨਾਂ ਨੂੰ ਹੀ ਜਿਹੜਾ ਮਾਰ ਮੁਕਾਇਆ ਗਿਆ ਐ ਅਨਦਰ ਨਿਹੰਗ ਵਾਸ ਸ਼ਾਟ ਐਟ ਐਂਡ ਕਿਲਡ ਨੀਅਰ ਗੁਮਟਾਲਾ ਜੇਲ ਬਿਕਾਉਜ਼ ਹੀ ਹੈਡ ਰਿਫਿਊਜ਼ ਟੂ ਸਰੈਂਡਰ ਹਿਸ ਕਿਰਪਾਨ ਜੀ ਗੁਮਟਾਲਾ ਜੇਲ ਦੇ ਨੇੜੇ ਇੱਕ ਹੋਰ ਨਿਹੰਗ ਸਿੰਘ ਨੂੰ ਮਾਰਿਆ ਗਿਆ ਕਿਉਂਕਿ ਉਹਨੇ ਕਿਰਪਾਨ ਦਾ ਤੋ ਨਾ ਕਰ ਦਿੱਤੀ ਜੀ ਵਨ ਸੇਕ ਕੈਨ ਪ੍ਰੋਪਰ ਸਿੱਖ ਡਰੈਸ ਵਾਸ ਸਟੈਂਡਿੰਗ ਔਨ ਦਾ ਰੂਫ ਆਫ ਹਿਸ ਹਾਊਸ ਇਨ ਐਨ ਏਰੀਆ ਫਾਰਮਡਰ ਸਰ ਕਾਲਡ ਕਿਤਜ਼ ਆਮੀ ਮੈਨ ਕਿਲਡ ਹਿਮ ਬਿਕਾਉਜ਼ ਹੀ ਵਾਸ ਵੇਅਰਿੰਗ ਅ 옐ੋ ਟਰਬ ਇੱਕ ਸਿੱਖ ਕਿੱਤਿਆਂ ਦੇ ਮਹੱਲੇ 'ਚ ਆਪਣੇ ਘਰ ਦੇ ਘਰ ਦੀ ਛੱਤ ਤੇ ਖਲੋਤਾ ਸੀ ਉਸ ਨੂੰ ਜੋ ਉਸ ਨੇ ਪੀਲੀ ਦਸਤਾਰ ਸਜਾਈ ਹੋਈ ਸੀ ਉਸ ਨੂੰ ਮਾਰ ਦਿੱਤਾ ਗਿਆ ਜੀ ਔਨ ਦਾ 3rd ਆਫ ਜੁਲਾਈ ਅ ਬਲੈਕ ਟਰਬਨ ਐਂਡ ਕਿਰਪਾਨ ਵੇਰਿੰਗ ਯੰਗ ਸਿੱਖ ਆਫ ਅਬਾਊਟ 25 ਇਅਰਸ ਆਫ ਏਜ ਵਾਸ ਵਾਕਿੰਗ ਪਾਸਟ ਦਾ ਕਿਚਲੂ ਟ੍ਰੈਫਿਕ ਆਈਲੈਂਡ 3 ਜੁਲਾਈ ਨੂੰ ਇੱਕ ਸਿੱਖ ਜਨੇ ਕਾਲੀ ਦਸਤਾਰ ਤੇ ਕਿਰਪਾਨ ਪਾਈ ਹੋਈ ਸੀ 25 ਸਾਲ ਉਹਦੀ ਉਮਰ ਸੀ ਉਹ ਕਿਚਲੂ ਟ੍ਰੈਫਿਕ ਆਈਲੈਂਡ ਚੋਂ ਗੁਜ਼ਰ ਰਿਹਾ ਸੀ the army arrived handcuffed and arrested him also nothing incriminating was found on the person paame ude kol kuch bhi itraz yog nahi si fauj aayi usne usnu athkadi lai aur arrest kita when army man went to arrest president of sgpc one of them was smoking a cigarette jadon sgpc pradhan nu phadya te ik jada oh cigarette pi re si ਟੈਂਪਲ ਸਰਵੈਂਟਸ ਆਫ ਸ਼੍ਰੀ ਦਰਬਾਰ ਸਾਹਿਬ ਮੁਕਤ ਸਰਵ ਮੇਡ ਟੂ ਲਾਈ ਫੇਸ ਡਾਊਨਵਰਡਸ ਇਨ ਦਾ ਸਰਕਮ ਐਂਬੂਲੇਟਰੀ ਪਾਥ ਅਰਾਊਂਡ ਦਾ ਸੈਕਰਡ ਟੈਂਕ ਐਂਡ ਬੀਟਨ ਮਰਸੀਲੈਸਲੀ ਹੁਣ ਮੁਕਤ ਸਰ ਸਾਹਿਬ ਦੀ ਗੱਲ ਕੀਤੀ ਹੈ ਕਿ ਉੱਥੋਂ ਦੇ ਸੇਵਾਦਾਰਾਂ ਨੂੰ ਫੜਿਆ ਔਰ ਪੁੱਠੇ ਕਰਕੇ ਬਹੁਤ ਬੁਰੀ ਤਰ੍ਹਾਂ ਮਾਰ ਕੇ ਪਰਕਰਮਾ ਦੇ ਵਿੱਚ ਉਹਨਾਂ ਨੂੰ ਲੰਮੇ ਪਾ ਲਿਆ ਗਿਆ ਜੀ ਐਜ਼ ਅ ਰਿਜ਼ਲਟ ਆਫ ਥਿਸ ਵਨ ਆਫ ਥੈਮ ਡਾਈਡ ਇੱਕ ਦੀ ਮੌਤ ਹੋਈ ਇਸ ਦੇ ਨਤੀਜੇ ਵਜੋਂ ਆਲ ਦੋਜ਼ ਬॉयਜ਼ ਹੂ ਹੈਡ ਟੇਕਨ ਅਮਰਤ ਵਰ ਪੁਲਡ ਆਊਟ ਆਫ देयर ਹੋਮਸ ਇਨ ਦਾ ਵਿਲੇਜਸ ਐਂਡ ਵਰ ਬੀਟਨ ਸਵਿਅਰਲੀ ਇਹ ਹੁਣ ਸਾਰੇ ਪੰਜਾਬ ਦੀ ਗੱਲ ਕਰ ਰਹੇ ਨੇ ਕਿ ਪੰਜਾਬ ਦੇ ਪਿੰਡਾਂ ਚੋਂ ਜਿਨ੍ਹਾਂ ਨੇ ਅੰਮ੍ਰਿਤ ਛਕਿਆ ਹੋਇਆ ਸੀ ਉਸ ਨੂੰ ਘਰਾਂ ਚੋਂ ਕੱਢਿਆ ਔਰ ਉਹਨਾਂ ਨੂੰ ਬਹੁਤ ਬੁਰੀ ਤਰ੍ਹਾਂ ਦੀ ਮਾਰ ਕਟਾਈ ਕੀਤੀ ਤਾਂ ਹੁਣ ਕਨਕਲੂਜਨ ਹੈ ਜੀ ਆਈ ਐਮ ਕੰਪੈਲਡ ਟੂ ਆਬਜ਼ਰਵ ਥੈਟ ਆਰਮੀ ਹੈਜ਼ ਡਿਸਪਲੇਡ ਬੈਂਕਰਪਸੀ ਆਫ ਕੈਰੈਕਟਰ ਐਂਡ ਹੈਜ਼ ਐਕਟਡ ਵਿਦ ਹਾਰਟਸ ਫੁੱਲ ਆਫ ਐਨਿਮਿਟੀ ਐਂਡ ਇਨ ਅ ਮੈਨਰ ਇੰਡੀਕੇਟਿੰਗ ਥੈਟ ਇਟ ਵਾਂਟਡ ਟੂ ਵਾਈਪ ਆਊਟ ਦ ਸਿਕਸ ਇਹ ਬੜੀ ਇੰਪੋਰਟੈਂਟ ਲਾਈਨ ਹੈ ਜੀ ਮੈਂ ਇਸ ਨਤੀਜੇ ਤੇ ਪਹੁੰਚੇ ਕਿ ਫੌਜ ਨੇ ਆਪਣੇ ਕਰੈਕਟਰ ਦਾ ਜਨਾਜ਼ਾ ਕੱਢਿਆ ਜੀ ਔਰ ਉਹਨਾਂ ਨੇ ਬਿਲਕੁਲ ਨਫ਼ਰਤ ਨਾਲ ਭਰੇ ਹੋਏ ਦੁਸ਼ਮਣੀ ਨਾਲ ਭਰੇ ਹੋਏ ਦਿਲਾਂ ਦੇ ਨਾਲ ਸਿੱਖਾਂ ਦੇ ਖਿਲਾਫ ਜੋ ਕਾਰਵਾਈ ਕੀਤੀ ਉਹਦਾ ਇੱਕੋ ਇੱਕ ਮਕਸਦ ਸੀ ਕਿ ਸਿੱਖਾਂ ਦਾ ਨਾਮੋ ਨਿਸ਼ਾਨ ਮਿਟਾ ਦੇਣਾ ਵਾਈਪ ਆਊਟ ਦਾ ਸਿਕਸ ਜੀ ਯੰਗ men from villages have been troubled much after the army action ਫੌਜ ਦੇ ਐਕਸ਼ਨ ਤੋਂ ਬਾਅਦ ਪਿੰਡਾਂ ਦੇ ਵਿੱਚ ਨੌਜਵਾਨਾਂ ਦਾ ਬਹੁਤ ਬੁਰਾ ਹਾਲ ਕੀਤਾ ਗਿਆ ਜੀ ਐਪਾਰਟ ਫਰਮ ਦਾ ਟਰੂਥ ਡੈਪੀਕਟਡ ਅਬਵ ਜੋ ਮੈਂ ਉੱਪਰ ਗੱਲਾਂ ਕਹੀਆਂ ਨੇ ਉਹਨਾਂ ਤੋਂ ਇਲਾਵਾ ਆਈ ਹੈਵ ਰੀਸੀਵਡ ਇਨਫੋਰਮੇਸ਼ਨ ਅਬਾਊਟ ਸੱਚ ਸ਼ੇਮਫੁਲ ਇਨਸੀਡੈਂਟਸ ਟੂ ਮੈਂਸ਼ਨ ਵਿਚ ਇਜ਼ ਟੂ ਵਾਇਓਲੇਟ ਦਾ ਕਲਚਰਲ ਨੋਰਮ ਇਹ ਬੜੀ ਡੂੰਗੀ ਗੱਲ ਹੈ ਕਿ ਮੇਰੇ ਕੋਲ ਐਸੀਆਂ ਵੀ ਰਿਪੋਰਟਾਂ ਨੇ ਕਿ ਸਭਿਅਤਾ ਸਾਡੀ ਇਜਾਜ਼ਤ ਨਹੀਂ ਦਿੰਦੀ ਕਿ ਮੈਂ ਉਹਨਾਂ ਗੱਲਾਂ ਨੂੰ ਲਿਖਾਵੀ ਇਹ ਔਰਤਾਂ ਨਾਲ ਹੋਏ ਸਲੂਕ ਦੀ ਗੱਲ ਹੈ ਜੀ ਕਿਉਂਕਿ ਸਾਡਾ ਸੱਭਿਆਚਾਰ ਔਰਤਾਂ ਕਿਸੇ ਮਜ਼ਹਬ ਦੀਆਂ ਵੀ ਹੋਣ ਸਾਡੇ ਅਸੀਂ ਉਹਨਾਂ ਨੂੰ ਸਤਿਕਾਰ ਦੀ ਨਜ਼ਰ ਨਾਲ ਦੇਖਦੇ ਹਾਂ ਉਹਨਾਂ ਨੇ ਕਿਹਾ ਵੀ ਮੈਨੂੰ ਇਹ ਇਜਾਜ਼ਤ ਨਹੀਂ ਦਿੰਦੀ ਮੈਂ ਮੈਂ ਉਹ ਸਵੇਰ ਵੇ ਨੂੰ ਦਿਆਂ ਜੀ ਆਫਟਰ ਹੀਅਰਿੰਗ ਆਫ ਐਂਡ ਸੀਇੰਗ ਸੱਚ ਹੈਪਨਿੰਗਸ ਇਹਨਾਂ ਘਟਨਾਵਾਂ ਨੂੰ ਦੇਖ ਕੇ ਔਰ ਇਹਨਾਂ ਬਾਰੇ ਸੁਣ ਕੇ ਆਈ ਰਿਜੈਕਟ ਐਂਡ ਰਿਟਰਨ ਟੂ ਯੂ ਦਾ ਅਵਾਰਡ ਆਫ ਪਦਮਸ਼ਰੀ ਕੰਫਰਟ ਅਪਨ ਮੀ ਮੈਂ ਇਸ ਤੁਹਾਡੇ ਇਨਾਮ ਨੂੰ ਨਕਾਰਦੇ ਜੀ ਕਹਿਣਾ ਅੰਗਰੇਜ਼ੀ ਅੰਡਰ ਸਟੇਟਮੈਂਟ ਉਹਦੇ ਵੀ ਥੁੱਕ ਨਾਇਆ ਦਿੱਤੇ ਔਰ ਇਹਨੂੰ ਮੈਂ ਤੁਹਾਨੂੰ ਵਾਪਸ ਕਰ ਰਹਾ ਸੋ ਇਹ ਇਤਿਹਾਸਿਕ ਦਸਤਾਵੇਜ਼ ਸੀ ਬੇਸ਼ੱਕ ਵਕਤ ਥੋੜਾ ਲੰਘਾ ਪਰ ਮੈਨੂੰ ਸਮਝਦਾ ਵੀ ਬੜਾ ਯੂਸਫੁਲ ਸੀ ਇਸ ਬਾਰੇ ਵਿਚਾਰ ਕਰਦੇ ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਇੱਥੇ ਅਸੀਂ ਲੈਨੇ ਇੱਕ ਬ੍ਰੇਕ ਈਵਰਸ ਵਿਚਾਰਾਂ ਦਾ سلسلہ ਇਸ ਤਰ੍ਹਾਂ ਚੱਲਦਾ ਰਹੇਗਾ ਮਿਲਦੇ ਹਾਂ ਇੱਕ ਛੋਟੇ ਬ੍ਰੇਕ ਤੋਂ ਬਾਅਦ